ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਸ ਵਿੱਦਿਅਕ ਸੰਸਥਾਵਾਂ ਜੋ ਕਿ ਸੁਖਾਨੰਦ ਜ਼ਿਲ੍ਹਾ ਮੋਗਾ ਵਿਖੇ ਸਥਿਤ ਹੈ। ਇਹ ਸੰਸਥਾ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਇੱਥੋਂ ਦਾ ਸਟਾਫ ਹਮੇਸ਼ਾ ਹੀ ਬੱਚਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਰਹਿੰਦਾ ਹੈ। ਬੀਤੇ ਦਿਨ ਸੰਸਥਾ ਵਿਖੇ ਜ਼ਿਲ੍ਹਾ ਪੱਧਰੀ ਰਾਸ਼ਟਰੀ ਯੁਵਕ ਦਿਵਸ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਸੈਮੀਨਾਰ ਭਾਸ਼ਣ ਪ੍ਰਤਿਯੋਗਿਤਾ ਬੜੇ ਹੀ ਉਸ਼ਾਹ ਨਾਲ ਕਰਵਾਏ ਗਏ। ਸਾਡੀ ਟੀਮ ਨੇ ਇਸਦਾ ਦੌਰਾ ਕੀਤਾ। ਪੇਸ਼ ਹੈ ਪੰਜਾਬ ਪੁਲਿਸ ਟੀਮ ਵੱਲੋਂ ਇੱਕ ਰਿਪੋਰਟ। ਅੱਜ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਨਾਲ ਹੀ ਅਸੀਂ ਧੰਨਵਾਦੀ ਹਾਂ ਡਾਇਰੈਕਟੋਰੇਟ ਯੁਵ ਸੇਵਾਵਾਂ ਮੋਗਾ ਦੇ ਅਸਿਸਟੈਂਟ ਡਾਇਰੈਕਟਰ ਸਰਦਾਰ ਦਵਿੰਦਰ ਸਿੰਘ ਲੋਟੇ ਹੋਰਾਂ ਦੇ ਕਿ ਜਿਨ੍ਹਾਂ ਨੇ ਇਸ ਸਮਾਗਮ ਨੂੰ ਮਨਾਉਣ ਦੇ ਵਾਸਤੇ ਸਾਡੇ ਕਾਲਜ ਨੂੰ ਚੁਣਿਆ। ਹਿੰਮਤ ਭਰਨ ਦੇ ਵਾਸਤੇ ਲਾਇਆ, ਇਸੇ ਕਰਕੇ ਉਹਨਾਂ ਦੇ ਜਨਮ ਦਿਵਸ ਨੂੰ ਰਾਸ਼ਟਰੀ ਯੁਵਾ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। Thank you.
ਸਰਦਾਰ ਮੱਖਣ ਸਿੰਘ ਜੀ, ਵਾਈਸ ਪ੍ਰੈਜ਼ੀਡੈਂਟ ਬਾਬਾ ਭਾਗ ਸਿੰਘ ਮੈਮੋਰੀਅਲ ਕਾਲਜ ਸੁਖਾਨੰਦ, ਮੈਡਮ ਸੁਖਵਿੰਦਰ ਕੌਰ ਜੀ, ਪ੍ਰਿੰਸੀਪਲ ਬਾਬਾ ਭਾਗ ਸਿੰਘ ਮੈਮੋਰੀਅਲ ਕਾਲਜ ਸੁਖਾਨੰਦ, ਮੇਰੀ ਨਾਲ ਇਹ ਵੀ ਮੇਰੀ ਵਿਸ਼ੇਸ਼ ਟੀਮ ਜਿਹਦੇ ਵਿੱਚ ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਤਰਨਜੀਤ ਕੌਰ ਜੀ ਟੀ ਬੀ ਗੜ੍ਹ ਤੋਂ, ਪ੍ਰਿੰਸੀਪਲ ਸਾਹਿਬ ਬਲਵਿੰਦਰ ਸਿੰਘ ਜੀ, ਲਾ ਲੈ ਨਹੀਂ ਘਰੇ ਫੋਟੋ, ਠੀਕ ਹੈ ਜੀ, ਪਤਾ ਲੱਗੇ ਵੀ ਹਾਂਜੀ, ਮੋਗਾ ਕਾਲਜ ਆਫ ਐਜੂਕੇਸ਼ਨ ਦੇ ਸੈਕਿੰਡ ਪਾਰਟਿਸਪੈਂਟ, ਯੁਵਾਵਾਂ ਦੇ ਵਿੱਚ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਊਰਜਾ ਭਰਨ ਵਾਲੀਆਂ ਹਨ। ਉਹਨਾਂ ਨੇ ਸਾਨੂੰ ਸਾਡੀ ਸਮ੍ਰਿੱਧ ਸੰਸਕ੍ਰਿਤੀ ਵਿਰਾਸਤ 'ਤੇ ਮਾਣ ਮਹਿਸੂਸ ਕਰਵਾਇਆ। ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਬਾਰੇ ਮੈਂ ਕੁਝ ਗੱਲਾਂ ਆਪਣੇ ਸਪੀਚ ਰਾਹੀਂ ਉਹਨਾਂ ਦੀ ਜ਼ਿੰਦਗੀ ਦੀ ਛੋਟੀ ਜਿਹੀ ਝਲਕ ਆਪ ਸਭ ਨਾਲ ਸਾਂਝੀ ਕਰਨ ਜਾ ਰਹੀ ਹਾਂ। ਸਵਾਮੀ ਵਿਵੇਕਾਨੰਦ ਜੀ ਦਾ ਜਨਮ 12 ਜਨਵਰੀ ਵਾਲੇ ਗੁਰੂ ਆਪਣੇ ਜਿਨ ਗੋਬਿੰਦ ਦੀ ਉਹ ਦਿਖਾ ਤਾਂ ਉਹਨਾਂ ਨੂੰ ਗੁਰੂ ਦੀ ਹੱਥ ਦਾ। ਇਸ ਤੋਂ ਬਾਅਦ ਗੱਲ ਕਰਦੇ ਹਾਂ ਉਹਨਾਂ ਦੇ ਵਿਚਾਰਾਂ, ਧਾਰਮਿਕ ਵਿਚਾਰਾਂ ਨੂੰ ਤਾਂ ਪੜ੍ਹ ਸਕਦੇ ਹਾਂ, ਪਰ ਅੱਜ ਜਵਾਨ ਬਾਰੇ ਕੁਛ ਗੱਲਾਂ ਸਾਂਝੀਆਂ ਕਰਨ ਜਾ ਰਹੀ ਹਾਂ ਜੋ ਕਿ ਮੈਂ ਪਹਿਲਾਂ ਬੋਲ ਚੁੱਕੀ ਹਾਂ। ਉੱਠੋ ਜਾਗੋ ਅਤੇ ਉਦੋਂ ਤੱਕ ਨਾ ਰੁਕੋ, ਉਹਨਾਂ ਨੇ ਕਿਹਾ ਬਿਲਕੁਲ ਪੁੱਛ ਸਕਦੇ ਹੋ। ਤਾਂ ਇਹਨਾਂ ਪੁੱਛਿਆ ਕਿ ਠੰਡ ਦਾ ਕੀ ਵਜੂਦ ਹੈ, ਅਧਿਆਪਕ ਕਿ ਹਨੇਰਾ ਅਤੇ ਠੰਡ ਕੁਝ ਨਹੀਂ, ਹਨੇਰਾ ਇਸ ਦਾ ਕੰਪਲੀਟਲੀ ਐਬਸੈਂਸ ਆਫ ਦਾ ਬੀਤ ਦਾ ਨਿਰਮਾਣ ਕਰੇ, ਕਿਉਂਕਿ ਬੱਚਾ ਇੱਕ ਬੀਤ ਦੀ ਤਰ੍ਹਾਂ ਹੈ ਜਿਸਨੂੰ ਸਿੱਖਿਆ ਵਧੀਆ ਪੱਧਰ ਦੀ ਸਿੱਖਿਆ ਦੇ ਕੇ ਅਸੀਂ 11 ਸਤੰਬਰ ਨੂੰ ਅਮਰੀਕਾ ਦੇ ਸ਼ਿਕਾਗੋ ਵਿੱਚ, ਸ਼ਿਕਾਗੋ ਸ਼ਹਿਰ ਵਿੱਚ ਇਹਨਾਂ ਨੇ ਆਪਣੇ ਵਿਚਾਰ ਦਿੱਤੇ। ਹਿੰਦੂ ਧਰਮ ਬਾਰੇ ਇਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਨੌਜਵਾਨ ਪੀੜ੍ਹੀ ਨੂੰ ਇਹਨਾਂ ਦੇ ਦਰਸਾਏ ਬਾਰੇ ਤੁਹਾਨੂੰ ਦੱਸਾਂਗੀ। ਸਵਾਮੀ ਵਿਵੇਕਾਨੰਦ ਜੀ ਦਾ ਜਨਮ 12 ਜਨਵਰੀ 1863 ਈਸਵੀ ਵਿੱਚ ਕਲਕੱਤਾ ਦੇ ਦੱਤ ਪਰਿਵਾਰ ਵਿੱਚ ਮਾਤਾ ਪਰਮੇਸ਼ਵਰੀ ਜੀ ਦੀ ਕੁੱਖ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਵਿਸ਼ਵਾਸ ਨਾਥ ਦਾ, ਉਹ ਵੀ ਇੱਥੇ ਪਹੁੰਚੇ ਨੇ, ਉਹਨਾਂ ਨੂੰ ਮੈਂ ਜੀ ਆਇਆਂ ਕਹਿੰਦੀ ਹਾਂ। ਮੈਂ ਮੈਡਮ ਪ੍ਰਿੰਸੀਪਲ ਨੂੰ ਬੇਨਤੀ ਕਰਦੀ ਹਾਂ ਕਿ ਉਹ ਮੰਚ ਤੋਂ ਸਾਡੇ ਵਿਸ਼ੇਸ਼ ਮਹਿਮਾਨ ਜੀ ਨੂੰ ਸਵਾਗਤ ਦੀ ਸ਼ਬਦ ਕਹਿਣਗੇ, ਉਸ ਤੋਂ ਬਾਅਦ ਯੂਥ ਡੇ ਨੂੰ ਸਮਰਪਿਤ ਸਾਡੇ ਇਸ ਪਿਆਰ ਆਯੋਜਿਤ ਕਰ ਰਹੇ ਹਾਂ। ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਣੇ ਬਹੁਤ ਹੀ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਕੱਢਦੇ ਹੋਏ ਸਾਡੇ ਬਹੁਤ ਹੀ ਸਤਿਕਾਰਕ ਸਾਡੇ ਨਾਇਕ ਸਿੰਗਰ ਸਾਹਿਬ ਸਰਦਾਰ ਗੁਰਮੀਤ ਸਿੰਘ ਜੀ ਸਮੋਟਾ, ਜਿਨ੍ਹਾਂ ਨੇ ਕਿ ਸਾਡੇ ਨਿਮਾਣੇ ਦੇ ਸੱਦੇ ਨੂੰ ਕਬੂਲ ਕੀਤਾ। ਔਰ ਬਤੌਰ ਮੁੱਖ ਮਹਿਮਾਨ ਜਿਹਨੇ ਦੁਨੀਆ ਭਰ ਮੇ ਸਵਾਮੀ ਵਿਵੇਕਾਨੰਦ ਕੇ ਨਾਮ ਸੇ ਜਾਣਾ ਜਾਤਾ ਹੈ, ਉਨਕਾ ਜਨਮ 12 ਜਨਵਰੀ 1868 ਮੇਂ ਹੁਆ ਔਰ ਉਨਕੇ ਗੁਰੂ ਜੀ ਕਾ ਨਾਮ ਸਵਾਮੀ ਰਾਮ ਕ੍ਰਿਸ਼ਨ ਥਾ। ਉਨ੍ਹਾਂਨੇ ਯੁਵਾਓਂ ਕੋ ਪ੍ਰੇਰਿਤ ਕਰਤੇ ਹੋਏ ਉਨਸੇ ਪ੍ਰਸ਼ਨ ਕੀਆ, ਕਿਆ ਆਪ ਯੁਵਾ ਹੈ? ਯੁਵਾ ਵਹ ਜੋ ਨੀਤੀ ਸੇ ਲੜਤਾ ਹੈ, ਜੋ ਦੁਰਗਣੋਂ ਸੇ ਦੂਰ ਰਹਤਾ ਹੈ,
जो काल की चाल को बदल देता है, जिसमें जोश के साथ होश भी हो, जो समस्याओं का समाधान निकालता है। जज साहबान ते साथियों साथी श्री प्रभावित किया है तो वह हैं स्वामी विवेकानंद जी, जिन्हों का जन्म कलकत्ता 12 जनवरी 1863 को होया। उन्होंने पिता जी का नाम विश्वनाथ सिंह, उन्होंने माता जी का नाम परमेश्वर देवी सी। उन्होंने गुरु रामकृष्ण परमहंस सी, जिन्हों को शुरू तो ही काफ़ी प्रभावित सन। स्वामी विवेकानंद जी का मानना सी कि मनुखता की सेवा ही परमात्मा की सेवा है, अगर इस सेवा नाल ही परमात्मा की सेवा की जा सकती है। 1893 अमरीका में हुई विश्व धर्म संसद में हिस्सा लिया। ਜਿਹੜੇ ਸਵਾਮੀ ਵਿਵੇਕਾਨੰਦ ਸੀ ਉਹਨਾਂ ਦਾ ਜਨਮ ਹੋਇਆ ਸੀ 12 ਜਨਵਰੀ 1863 ਨੂੰ
कलकत्ता दे विच उन्हां दे पिता जी दा नाम विश्वनाथ दास सी ते माता दा नाम भुवनेश्वर देवी सी। जिहड़े स्वामी विवेकानंद सी ना उह बचपन तों ही कुछ इस तरह दे सीगे जिवें कोई गल कह दिंदा उहदे उहदी मन लैंदे आ पर इस तरह दी कोई सोचदे सीगे जिवें हुण उहनां नूं वी इक वार। ਹਾਂਜੀ ਨੈਕਸਟ ਮੈਂ ਸੱਦਾ ਦਿੰਦੀ ਹਾਂ ਐਸ ਬੀ ਬੀ ਐਸ ਕੋਲਜ ਇੱਥੇ ਵਿਰਾਜਮਾਨ ਹਰ ਸ਼ਖਸੀਅਤ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਵੰਦਨਾ ਹੈ, ਮੈਂ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕੋਲਜ ਦੀ ਸਟੂਡੈਂਟ ਹਾਂ। ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਮਹਾਨ ਪ੍ਰੇਰਨਾ। ਆਈ ਐਮ ਸਟੂਡੈਂਟ ਆਫ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਕੋਲਜ ਸੁਖਾਨੰਦ ਮੋਗਾ। ਮਾਈ ਨੇਮ ਇਜ਼ ਮਨੀਸ਼ਾ। ਅੱਜ ਮੈਂ ਤੁਹਾਡੇ ਸਾਹਮਣੇ ਸਵਾਮੀ ਵਿਵੇਕਾਨੰਦ ਜੀ ਦੀ ਜੀਵਨ ਵਾਲੀ ਤਾਂ ਜ਼ਰੂਰ ਚਰਚਾ ਕਰੂੰ ਪਰ ਨਾਲ ਹੀ ਤੁਹਾਨੂੰ ਦੱਸੂੰਗੀ ਕਿ ਉਹ ਕੀ ਚਾਹੁੰਦੇ ਸਨ ਯੂਥ ਤੋਂ ਸਾਡੇ ਕੋਲ। ਉਹਨਾਂ ਦੀ ਲਾਈਫ ਨੂੰ ਮੈਂ ਚਾਰ ਭਾਗਾਂ 'ਚ ਡਿਵਾਈਡ ਕੀਤਾ, ਜਿਸ ਵਿੱਚ ਚਾਈਲਡਹੁੱਡ, ਹਿੰਦੂਇਜ਼ਮ ਬਾਰੇ, ਉਹਨਾਂ ਦੇ ਟ੍ਰਾਂਸਫੋਰਮੇਸ਼ਨ ਅਤੇ ਸਭ ਤੋਂ ਵੱਡੀ ਉਹਨਾਂ ਦਾ ਟਰਨਿੰਗ ਪੁਆਇੰਟ ਲਾਈਫ ਦਾ, ਜਿਹੜਾ ਕਿ ਸੀਗਾ ਅਮੈਰੀਕਾ ਦਾ ਵਰਲਡ ਕਾਨਫਰੰਸ ਆਫ ਅਮੈਰੀਕਾ ਸ਼ਿਕਾਗੋ ਦੇ ਵਿੱਚ। ਉਹਨਾਂ ਨੂੰ ਜਿਹੜੀ ਕਿ ਉਹਨਾਂ ਦੇ ਪਰਿਵਾਰ 'ਚ ਮਿਲੀ ਸੀ ਉਹ ਸੀਗੀ ਦੂਜਿਆਂ ਦੀ ਸੇਵਾ ਕਰਨਾ। ਨੇਚਰ ਦੇ ਬਹੁਤ ਕਰੀਬ ਸੀਗੇ ਕਿਉਂਕਿ ਪਿਤਾ ਜੀ ਸੋਸ਼ਲ ਵਰਕ ਵਿੱਚ ਕਾਫੀ ਜ਼ਿਆਦਾ ਪਾਰਟੀਸਪੇਟ ਕਰਦੇ ਸੀਗੇ, ਇਸ ਕਰਕੇ ਉਹਨਾਂ ਦੇ ਘਰ ਵਿੱਚ ਕੁੱਤੇ, ਬਿੱਲੀਆਂ, ਪੈਟ ਸਾਰਾ ਕੁਛ ਆਮ ਹੀ ਪਾਇਆ ਜਾਂਦਾ ਸੀ ਅਤੇ ਬੂਟੇ ਪਾ ਕੇ ਹਰਾ ਭਰਾ ਮਾਹੌਲ ਕਾਫੀ ਰਹਿੰਦਾ ਸੀ। ਅਤੇ ਉਹਨਾਂ ਦੀ ਇੱਕ ਘਟਨਾ ਚਾਲੂ ਤੇ ਇਹ ਹੈ ਕਿ ਜਿਹੜਾ ਵੀ ਘਰੇ ਆਉਂਦਾ ਮੰਗਣ ਵਾਸਤੇ ਜਾਂ ਕੋਈ ਵੀ ਗਰੀਬ ਆਉਂਦਾ ਉਹ ਬਿਨਾਂ ਆਪਦੀ ਮੰਮੀ ਨੇ ਦੱਸੇ ਹੋਏ ਉਹਨਾਂ ਨੂੰ ਦੇ ਦਿੰਦੇ ਹੁੰਦੇ ਸੀ। ਕਾਫੀ ਗਾਲਾਂ ਵੀ ਪੈਂਦੀਆਂ ਪਰ ਉਹਨਾਂ ਦੇ ਅੰਦਰ ਸੀਗਾ ਕਿ ਮੈਂ ਹੈਲਪ ਕਰਨੀ ਹੈ ਸਾਰਿਆਂ ਦੀ ਕਿਉਂਕਿ ਸਾਰਿਆਂ 'ਚ ਰੱਬ ਵੱਖਦਾ ਹੈ। ਦੈਨ ਹਿੰਦੂ ਏਕਾ ਸਵਾਮੀ ਵਿਵੇਕਾਨੰਦ ਜੀ ਇੱਕ ਅਜਿਹੇ ਸੂਰਜ ਸਨ ਜਿਨ੍ਹਾਂ ਨੇ ਸੱਚ, ਪਿਆਰ, ਨਿਡਰਤਾ ਅਤੇ ਪਿਆਰ ਦੀ ਰੌਸ਼ਨੀ ਨਾਲ ਝੂਠ, ਫਰੇਬ ਅਤੇ ਭੇਦਭਾਵ ਦੇ ਹਨੇਰੇ ਨੂੰ ਦੂਰ ਕੀਤਾ। ਸਵਾਮੀ ਵਿਵੇਕਾਨੰਦ ਜੀ ਦੀ ਜ਼ਿੰਦਗੀ ਅਤੇ ਉਹਨਾਂ ਦੀ ਵਿਚਾਰਧਾਰਾ ਵੈਸੇ ਤਾਂ ਸਮੁੱਚੀ ਮਾਨਵਤਾ ਲਈ ਬਹੁਤ ਲਾਹੇਵੰਦ ਹੈ, ਪਰੰਤੂ ਆਪਣੇ ਯੂਥ ਨੌਜਵਾਨਾਂ ਦੇ ਲਈ ਉਹ ਬਹੁਤ ਹੀ ਰਾਹ ਦਸੇਰਾ ਹਨ ਕਿਉਂਕਿ ਅਗਰ ਆਪਾਂ ਉਹਨਾਂ ਦੀ ਲਾਈਫ ਦੇਖੀਏ ਤਾਂ ਉਹਨਾਂ ਨੇ ਸਿਰਫ 40 ਸਾਲ ਦੀ ਉਮਰ ਵਿੱਚ ਇਕੱਲੇ ਲੋਕ ਭਲਾਈ ਦੇ ਕੰਮ ਨਹੀਂ ਕੀਤੇ ਬਲਕਿ ਸਰੀਰਕ ਅਤੇ ਆਰਥਿਕ ਸਮੱਸਿਆਵਾਂ ਦੇ ਕਰਕੇ ਉਹਨਾਂ ਨੂੰ ਝੱਲਦੇ ਹੋਏ ਆਪਣੀ ਜਿਹੜੀ ਆ ਹਾਇਰ ਐਜੂਕੇਸ਼ਨ ਵੀ ਪ੍ਰਾਪਤ ਕੀਤੀ। ਜਦੋਂ ਸਵਾਮੀ ਜੀ ਕਾਲਜ ਵਿੱਚ ਪੜ੍ਹਦੇ ਸਨ ਸਵਾਮੀ ਵਿਵੇਕਾਨੰਦ ਜੀ ਦਾ ਸਿੱਖਿਆ ਵਿੱਚ ਯੋਗਦਾਨ ਬਾਰੇ ਕੁਛ ਆਪਣੇ ਵਿਚਾਰ ਸਾਂਝੇ ਕਰਾਂਗੀ। ਜਦੋਂ ਕਦੇ ਵੀ ਅਸੀਂ ਇਤਿਹਾਸ ਦੇ ਪੰਨੇ ਖੋਲ੍ਹਦੇ ਹਾਂ ਅਤੇ ਸਿੱਖਿਆ ਸ਼ਾਸਤਰੀਆਂ ਦੀ ਗੱਲ ਕਰਦੇ ਹਾਂ ਤਾਂ ਸਵਾਮੀ ਵਿਵੇਕਾਨੰਦ ਜੀ ਦਾ ਨਾਮ ਮੁਰਲੀ ਕਤਾਰ ਵਿੱਚ ਆਉਂਦਾ ਹੈ। ਜਿਵੇਂ ਕਿ ਇਹਨਾਂ ਦੇ ਨਾਮ ਤੋਂ ਹੀ ਸਪੱਸ਼ਟ ਹੈ ਸਵਾਮੀ ਪਲੱਸ ਵਿਵੇਕ ਭਾਵ ਸੂਝ ਦਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜਦੀਪ ਕੌਰ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਸ ਕਾਲਜ ਦੀ। ਜਨਮ 12 ਜਨਵਰੀ 1863 ਨੂੰ ਕਲਕੱਤਾ, ਬੰਗਾਲ ਵਿਖੇ ਹੋਇਆ। ਆਪ ਦਾ ਧਿਆਨ ਹਮੇਸ਼ਾ ਪਰਮਾਤਮਾ ਅਤੇ ਅਧਿਆਤਮ ਬਾਦ ਵਿੱਚ ਰਹਿੰਦਾ ਸੀ ਅਤੇ ਆਪ ਜੀ ਦੀ ਬੁੱਧੀ ਬਚਪਨ ਤੋਂ ਹੀ ਸਿੱਖਣ ਸੀ। ਆਪ ਹਮੇਸ਼ਾ ਸਾਰਿਆਂ ਨੂੰ ਪੁੱਛਿਆ ਕਰਦੇ ਸਨ ਕਿ ਉਹਨਾਂ ਨੇ ਕਦੇ ਪਰਮਾਤਮਾ ਨੂੰ ਦੇਖਿਆ ਹੈ ਅਤੇ ਆਪ ਜੀ ਦੇ ਇਸ ਸਵਾਲ ਦਾ ਜਵਾਬ ਆਪ ਜੀ ਦੇ ਗੁਰੂ ਰਾਮਾ ਕ੍ਰਿਸ਼ਨ ਜੀ ਨੇ ਦਿੱਤਾ। ਆਪ ਜੀ ਨੇ ਆਪਣੇ ਵਿਵੇਕਾਨੰਦ ਸਵਾਮੀ ਵਿਵੇਕਾਨੰਦ ਜੀ ਦਾ ਜਨਮ 12 ਜਨਵਰੀ 1803 ਨੂੰ ਭਾਰਤ ਦੀ ਰਾਜਧਾਨੀ ਕਲਕੱਤਾ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਵਿਸ਼ਵਨਾਥ ਦੱਤਾ ਜੋ ਕਲਕੱਤਾ ਹਾਈ ਕੋਰਟ ਦੇ ਵਕੀਲ ਸਨ, ਮਾਂ ਕਮਿਸ਼ਨਰ ਸ਼ਰਧਾਲੂ ਔਰਤ ਸੀ। ਉਹ ਇੱਕ ਭਾਰਤੀ ਹਿੰਦੂ ਸਾਧੂ ਸਨ ਜੋ 19ਵੀਂ ਸਦੀ ਦੇ ਭਾਰਤੀ ਰਾਸ਼ਟਰਵਾਦੀ ਰਾਮ ਕ੍ਰਿਸ਼ਨ ਦੇ ਮੁੱਖ ਸਿੱਖ ਸੀ। ਉਹ ਵਿਦਿਆਰਥੀ ਅਤੇ ਯੋਗਾ ਦੇ ਪੱਛਮੀ ਸੰਸਾਰ ਵਿੱਚ ਭਾਰਤੀ ਦਰਸ਼ਨਾਂ ਦੀ ਸ਼ੁਰੂਆਤ ਵਿੱਚ ਮਹੱਤਵਪੂਰਨ ਹਸਤੀ ਸੀ ਅਤੇ ਇੰਟਰਫੇਸ ਐਜ਼ ਅ ਯੰਗ ਬੋਏ ਨਰਿੰਦਰ ਨਾਥ ਡਿਸਪਲੇ ਸ਼ਾਰਪ ਇੰਟਲੈਕਟ ਹਿਸ ਮਿਸਟੀਰੀਅਸ ਨੇਚਰ ਲਾਈਕ ਦਾ ਇੰਟਰਸਟ ਔਨ ਮਿਊਜ਼ਿਕ ਬੋਥ ਇੰਸਟਰੂਮੈਂਟਲ ਐਜ਼ ਵੈਲ ਐਜ਼ ਵੋਕਲ। Is
ਸਿਆਣਾ ਸਾਹਿਬ ਸਵਾਮੀ ਵਿਵੇਕਾਨੰਦ ਜਿਹੜਾ ਬਾਬਾ ਭਾਗ ਸਿੰਘ ਜੀ ਹੋਏ ਕਾਲ ਵਿਖੇ ਪਹੁੰਚੇ ਸੀ ਤਾਂ ਮੈਂ ਜਪੀ ਸਾਹਿਬ ਮੰਜੀ ਅਤੇ ਜੋ ਵੱਖ ਵੱਖ ਕਾਲਜ ਪ੍ਰਿੰਸੀਪਲ ਸਾਹਿਬ ਔਰ ਸਾਰੇ ਕਾਲਜਾਂ ਦੇ ਜੋ ਵੀ ਪਾਰਟੀਸਪੇਟ ਉਹਨਾਂ ਦਾ ਧੰਨਵਾਦ ਕਰਦਾ ਸਾਡੇ ਕੋਲ ਕੁਝ ਹੋਇਆ ਜੀ ਸਾਡੇ ਪੰਥੀ ਹੈ ਇੱਕ ਪੁੱਤ ਹੋਇਆ ਪੁੱਤ ਨੂੰ ਇੰਨਾ ਤਲਾਕ ਪਾ ਦੇ ਕੇ ਇੰਨਿਆਂ ਤੋਂ ਉਹਨੂੰ ਦੇ ਕੇ ਉਹ ਉਸੇ ਤਰ੍ਹਾਂ ਹੀ ਬਚਪਨ ਦੀਆਂ ਆਦਤਾਂ ਲੈ ਕੇ ਉਹਨਾਂ ਬੁਢਾਪੇ ਤੱਕ ਉਹੀ ਚੀਜ਼ਾਂ ਦੀ ਡਿਮਾਂਡ ਮਾਂ ਪਿਓ ਕੋਲ ਰੱਖਦਾ ਕੀ ਕੰਮ ਕਰਨਾ ਕੀ ਨਹੀਂ ਕਰਨਾ ਇਹ ਆਪਾਂ ਨੂੰ ਮੈਂ ਪਿਛਲੇ ਇੱਥੇ ਬੋਲ ਕੇ ਗਿਆ ਸੀ ਕਿ ਸਾਡੇ ਲੜਕੇ ਆ ਲੜਕੀਆਂ ਨਹੀਂ ਕੰਮ ਕਰ ਸਕਦੇ ਉਹ ਲੜਕੀ ਕੰਮ ਕਰ ਸਕਦੇ ਡਿਪਟੀ ਸਾਹਿਬ ਹੋ ਪ੍ਰਿੰਸੀਪਲ ਸਾਹਿਬ ਹੋ ਸਾਡੇ ਸਟਾਫ ਨੂੰ ਬੜਾ ਮੈਂ ਧੰਨਵਾਦ ਕਰਦਾ ਕਿ ਇਹੋ ਜਿਹਾ ਜਾਗਰੂਕਤਾ ਕਰ ਯੂਥ ਦਰਸ਼ ਤੋਂ ਭਾਵ ਜਾਗਰੂਕਤਾ ਲੈਂਦੇ ਯੂਥ ਦਰਸ਼ ਕਰਕੇ ਕਰਾਉਣ ਦਾ ਭਾਵ ਇਹ ਹੈ ਕਿ ਯੂਥ ਨੂੰ ਅਸੀਂ ਦਿਸ਼ਾ ਦੱਸਣ ਕੰਮ ਕਰਨ ਦਾ ਦੱਸਣਾ ਕੰਮ ਕਿਵੇਂ ਕਰਨਾ ਕੀ ਕਰਨਾ ਪੇਪਰ 'ਚ ਕੀ ਨਹੀਂ ਕਰਨਾ ਲੜਕੀਆਂ ਪੜਾ ਉਹ ਪਾਪ ਬੈਠੇ ਕਹਿੰਦੇ ਜ਼ਰੂਰ ਸਮਾਜ ਸੋਚਣ ਦੀ ਲੋੜ ਜ਼ਿਆਦਾ ਪੜ੍ਹਨ ਦੀ ਲੋੜ ਸਮਾਜ ਤੋਂ ਬਰਿਆਂ ਨੂੰ ਦੂਰ ਕਰਨ ਦੀ ਲੋੜ ਜੇ ਅਸੀਂ ਘਰ ਤੋਂ ਸ਼ੁਰੂ ਕਰਾਂਗੇ ਤਾਂ ਸਮਾਜ ਦੇ ਵਿੱਚ ਤਾਂ ਹੀ ਬਰਿਆਂ ਦੂਰ ਕੀਤੀਆਂ ਜਾ ਸਕਦਾ ਜੇ ਅਸੀਂ ਘਰ ਦੇ ਵਿੱਚ ਜੋ ਹਾਲ ਹੋ ਰਿਹਾ ਜਾਂ ਹੋ ਰਿਹਾ ਇੱਕ ਦੂਜੇ ਦੇ ਪ੍ਰਤੀ ਸਾਨੂੰ ਪਤਾ ਜੋ ਕੁਛ ਹੋ ਰਿਹਾ ਹੋਰ ਕਹਿੰਦੇ ਦੇ ਵਿੱਚ ਹੋ ਰਿਹਾ Thank you.
ਸਾਡੇ ਡਿਪਟੀ ਡਾਇਰੈਕਟਰ ਸਾਹਿਬ ਵੱਲੋਂ ਯੂਥ ਸੇਵਾਵਾਂ ਦੇ ਕੈਂਪ ਨੂੰ ਸੰਬੰਧਿਤ ਰੱਖਦੇ ਹੋਏ ਸਾਡੇ ਸਵਾਮੀ ਵਿਵੇਕਾਨੰਦ ਦੇ ਜੀਵਨ ਸੰਬੰਧੀ ਅਤੇ ਸਿੱਖਿਆਵਾਂ ਨੂੰ ਲੈ ਕੇ ਇੱਕ ਯੂਥ ਦਿਵਸ ਵਜੋਂ ਅੱਜ ਇਹ ਕੰਪੀਟੀਸ਼ਨ ਭਾਸ਼ਣ ਦਾ ਔਰ ਹੋਰ ਭਾਸ਼ਣ ਦੇ ਜਿਹੜੇ ਕੰਪੀਟੀਸ਼ਨ ਦੇ ਤੌਰ 'ਤੇ ਇੱਕ ਕੈਂਪ ਲਗਾਇਆ ਗਿਆ। ਇਹ ਕੈਂਪ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਾਸਤੇ ਭਾਸ਼ਣ ਔਰ ਹੋਰ ਵੀ ਕਈ ਟੌਪਿਕਾਂ 'ਤੇ ਇਹਨਾਂ ਨੇ ਬੁਲਾਇਆ ਗਿਆ। ਅੱਜ ਸਮਾਜ ਨੂੰ ਇਹੋ ਜਿਹੇ ਜਿਹੜੇ ਕੈਂਪ ਹੈ ਜਾਂ ਕੋਈ ਵੀ ਇਹੋ ਜਿਹੇ ਫੰਕਸ਼ਨ ਹੈ ਜ਼ਰੂਰ ਸਾਨੂੰ ਲਗਾਉਣੇ ਚਾਹੀਦੇ ਹੈ ਤਾਂ ਕਿ ਸਮਾਜ ਨੂੰ ਸਾਡੇ ਬੱਚਿਆਂ ਨੂੰ ਇੱਕ ਸੇਧ ਮਿਲ ਸਕੇ ਤਾਂ ਕਿ ਸਾਡੇ ਸਮਾਜ ਵਿੱਚ ਹੋਰ ਸੁਧਾਰ ਕੀਤਾ ਜਾਵੇ। ਮੈਂ ਬਤੌਰ ਪ੍ਰਸ਼ਾਸਨ ਅਧਿਕਾਰੀ ਗੁਰਮੀਤ ਸਿੰਘ ਤਹਿਸੀਲਦਾਰ ਬਾਘਾ ਪਰਣ ਮੈਂ ਮਾਣ ਮਹਿਸੂਸ ਕਰਦਾ ਕਿ ਇਸ ਕੈਂਪ ਦੇ ਵਿੱਚ ਮੈਂ ਸ਼ਾਮਿਲ ਹੋ ਕੇ ਬੜਾ ਮਨ ਖੁਸ਼ ਹੋਇਆ ਔਰ ਕਾਲਜ ਵੱਲੋਂ ਜੋ ਵੀ ਇਹੋ ਜਿਹੇ ਫੰਕਸ਼ਨ ਸਾਡੇ ਬਾਬਾ ਜੀ ਦੀ ਰਹਿਨਮਾਈ ਥੱਲੇ ਔਰ ਸਾਡੇ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਹਨ ਮੈਂ ਇਹਨਾਂ ਦਾ ਧੰਨਵਾਦੀ ਕਰਦਾ ਔਰ ਹੋਰ ਵੀ ਉਮੀਦ ਕਰਦਾ ਕਿ ਭਵਿੱਖ ਵਿੱਚ ਇਹੋ ਜਿਹੇ ਫੰਕਸ਼ਨ ਜਿਹੜੇ ਸਾਡੇ ਸਮਾਜ ਨੂੰ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ ਦੇਸ਼ ਨੂੰ ਅਤੇ ਹੋਰ ਸਾਡੀਆਂ ਸਮਾਜਿਕ ਕ੍ਰਿਤੀਆਂ ਨੂੰ ਦੂਰ ਕਰਨ ਵਾਸਤੇ ਸਹਾਈ ਹੋਣਗੇ। ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਫੰਕਸ਼ਨ ਔਰਗਨਾਈਜ਼ ਕੀਤਾ। ਜੈ ਹਿੰਦ, ਧੰਨਵਾਦ।